ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਮਿਕਸ ਪੰਜਾਬੀ ਚੈਨਲ ਤੇ ਅੱਜ ਆਪਾਂ ਬਣਾਵਾਂਗੇ ਆਟੇ ਦੇ ਬਿਸਕੁਟ ਬਣਾਉਣ ਲਈ ਆਪਾਂ ਆਟਾ ਲਿਆ ਇਹ ਕਣਕ ਦਾ ਆਟਾ ਆਪਣੇ ਕੋਲ ਇਹਨੂੰ ਮੈਂ ਛਾਣਨੀ ਦੇ ਨਾਲ ਛਾਣ ਲਿਆ ਚੰਗੀ ਤਰ੍ਹਾਂ ਇਹ 4 ਕੌਲੀਆਂ ਜਿਹੜੀਆਂ ਮੈਂ ਆਟੇ ਦੀਆਂ ਲਈਆਂ ਇਹ ਵਾਲੀਆਂ ਕੌਲੀਆਂ 4 ਕੌਲੀਆਂ ਆਟੇ ਦੀਆਂ ਪਾਈਆਂ ਇੱਕ ਕੌਲੀ ਇਹ ਨਾਰੀਅਲ ਦਾ ਬੂਰਾ ਖੋਪੇ ਦਾ ਬੂਰਾ ਇਹ ਪਾਵਾਂਗੇ ਆਪਾਂ ਇੱਕ ਕੌਲੀ ਸੂਜੀ ਦੀ ਆ ਬਰੀਕ ਵਾਲੀ ਸੂਜੀ ਆ ਜਿਵੇਂ ਆ 4 ਕੌਲੀਆਂ ਆਟੇ ਦੀਆਂ ਪਾ ਕੇ ਇੱਕ ਇੱਕ ਕੌਲੀ ਇਹੀ ਕੌਲੀ ਨਾਲ ਮੈਂ ਨਾਪ ਲਿਆ ਸੀ 4 ਕੌਲੀਆਂ ਆਟੇ ਦੀਆਂ ਇੱਕ ਕੌਲੀ ਨਾਰੀਅਲ ਦਾ ਬੂਰਾ ਇੱਕ ਕੌਲੀ ਸੂਜੀ ਇੱਕ ਕੌਲੀ ਇਹ ਰਿਫਾਈਂਡ ਲਿਆ ਜਿਹੜਾ ਆਪਾਂ ਆਟੇ ਦੇ ਵਿੱਚ ਪਾਉਣਾ ਅਤੇ 1 ਚਮਚਾ ਇਲਾਇਚੀ ਦਾ ਪਾਊਡਰ ਲਿਆ ਅਤੇ 5-7 ਪੀਸ ਮੈਂ ਕਾਜੂਆਂ ਦੇ ਲਏ ਸੀ ਕਾਜੂਆਂ ਨੂੰ ਮੈਂ ਕੁੱਟ ਲਿਆ ਬਰੀਕ ਥੋੜ੍ਹਾ ਜਿਹਾ ਇਸੇ ਕੌਲੀ ਦੇ ਨਾਪ ਨਾਲ ਹੀ ਆਪਾਂ ਜਿਵੇਂ 4 ਕੌਲੀਆਂ ਆਟੇ ਦੇ ਵਿੱਚ ਇਹ 2 ਕੌਲੀਆਂ ਆਪਾਂ ਖੰਡ ਦੀਆਂ ਪਾਵਾਂਗੇ ਆਟੇ ਦੇ ਵਿੱਚ ਆਪਾਂ ਇਹ ਸੂਜੀ ਦੀ ਕੌਲੀ ਪਾਵਾਂਗੇ 4 ਕੌਲੀਆਂ ਆਟੇ ਦੀਆਂ 1 ਕੌਲੀ ਸੂਜੀ 1 ਕੌਲੀ ਨਾਰੀਅਲ ਦਾ ਬੂਰਾ 1 ਚਮਚਾ ਇਲਾਇਚੀ ਦਾ ਪਾਊਡਰ 8-10 ਕਾਜੂ ਬਰੀਕ ਕੁੱਟੇ ਹੋਏ ਆਪਾਂ ਇਹਨਾਂ ਨੂੰ ਮਿਕਸ ਕਰ ਲਾਂਗੇ ਪਾ ਕੇ ਸਾਰੇ ਸਮਾਨ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਰਿਫਾਈਂਡ ਘਿਓ ਵੀ ਪਾ ਸਕਦੇ ਹਾਂ ਆਪਾਂ ਰਿਫਾਈਂਡ ਵੀ ਪਾ ਸਕਦੇ ਹਾਂ ਆਪਾਂ ਇੱਕਦਮ ਘਿਓ ਸਾਰਾ ਜਿਹੜਾ ਨਹੀਂ ਪਾਉਣਾ ਥੋੜ੍ਹਾ ਥੋੜ੍ਹਾ ਕਰਕੇ ਆਪਾਂ ਘਿਓ ਪਾਵਾਂਗੇ ਸਾਰਾ ਜਿਹੜਾ ਪਰਫੈਂਟ ਪਾ ਲਿਆ ਇਹਦੇ ਵਿੱਚ ਆਪਾਂ ਦੇਸੀ ਘਿਓ ਵੀ ਪਾ ਸਕਦੇ ਹਾਂ ਡਾਲਡਾ ਘਿਓ ਵੀ ਪਾ ਸਕਦੇ ਹਾਂ ਰਿਫਾਇੰਡ ਵੀ ਪਾ ਸਕਦੇ ਹਾਂ ਚੰਗੀ ਤਰ੍ਹਾਂ ਆਪਾਂ ਸਾਰੇ ਨੂੰ ਇਹਨੂੰ ਮਿਕਸ ਕਰ ਲੈਣਾ ਦੇਖੋ ਜਿਵੇਂ ਇਸ ਤਰ੍ਹਾਂ ਹੱਥ ਦੇ ਵਿੱਚ ਇਕੱਠਾ ਜਿਹਾ ਹੋਣਾ ਚਾਹੀਦਾ ਇਹ ਇਸ ਤਰ੍ਹਾਂ ਦਾ ਬਣ ਜੇ ਅਤੇ ਆਪਣਾ ਘਿਓ ਆ ਜਿਹੜਾ ਉਹ ਸਹੀ ਆ ਲੈ ਜੀ ਆਪਾਂ ਰਿਫਾਇੰਡ ਪਾ ਕੇ ਮਿਕਸ ਕਰ ਲਿਆ ਹੁਣ ਪਾਵਾਂਗੇ ਆਪਾਂ ਖੰਡ ਖੰਡ ਆ ਜਿਹੜੀ ਆਪਾਂ ਅਲੱਗ ਬਰਤਨ ਦੇ ਵਿੱਚ ਪਾਵਾਂਗੇ ਇਹ 2 ਕੌਲੀਆਂ ਖੰਡ ਦੀਆਂ ਪਾਈਆਂ ਇਹੀ ਕੌਲੀਆਂ ਨੇ ਮੈਂ ਨਾਪਿਆ 4 ਕੌਲੀਆਂ ਆਟੇ ਦੀਆਂ 1 ਨਾਰੀਅਲ ਦਾ ਬੂਰਾ 1 ਸੂਜੀ ਦੀ ਅਤੇ 2 ਖੰਡ ਦੀਆਂ ਹੁਣ ਆਪਾਂ ਪਾਣੀ ਪਾਵਾਂਗੇ ਡੇਢ ਕੌਲੀ ਆਪਾਂ ਪਾਣੀ ਦੀ ਪਾਈ ਹੈ ਅਤੇ ਖੰਡ ਜਿਹੜੀ ਆਪਾਂ ਚਮਚੇ ਨਾਲ ਇਸ ਤਰ੍ਹਾਂ ਖੋਰ ਲਾਂਗੇ ਮਤਲਬ ਖੋਰਨੀ ਨਹੀਂ ਹੈਗੀ ਅੱਧੀ ਖੋਰਨੀ ਆ ਅੱਧੇ ਦਾਣੇ ਰਹਿ ਜਾਣ ਅੱਧੇ ਖੁਰ ਜਾਣ ਮਤਲਬ ਇਹ ਅਤੇ ਇਸ ਤਰ੍ਹਾਂ ਹੀ ਆਪਾਂ ਆਟਾ ਗੁੰਨਾਂਗੇ ਲਓ ਜੀ ਆਪਾਂ ਖੰਡ ਜਿਹੜੀ ਜਮਾਂ ਖੋਰੀ ਨਹੀਂ ਹੈਗੀ ਆਪਣੇ ਦਾਣੇ ਦੇਖੋ ਜਿਹੜੇ ਹੈਗੇ ਆ ਅੱਧੀ ਕੁ ਖੁਰ ਗਈ ਅਤੇ ਅੱਧੀ ਕੁ ਮਤਲਬ ਖੰਡ ਹਜੇ ਹੈਗੀ ਆ ਇਸ ਤਰ੍ਹਾਂ ਅਤੇ ਹੁਣ ਆਪਾਂ ਇਹਦੇ ਵਿੱਚ ਆਟੇ ਦੇ ਵਿੱਚ ਪਾਉਣੇ ਇਹਨੂੰ ਪਾਣੀ ਦਾ ਥੋੜ੍ਹਾ ਘਣਾ ਵਾਧਾ ਘੱਟਾ ਹੋ ਸਕਦਾ ਬਾਕੀ ਆਟਾ ਘਿਓ ਸਾਰਾ ਕੁਛ ਆਪਣਾ ਠੀਕ ਆ ਜੇ ਆਪਾਂ ਨੂੰ ਐਂ ਲੱਗੇ ਪਾਣੀ ਥੋੜ੍ਹਾ ਜਿਹਾ ਘੱਟ ਆ ਤਾਂ ਆਪਾਂ ਹੋਰ ਵੀ ਲੈ ਸਕਦੇ ਹਾਂ ਖੰਡ ਦੇ ਜਿਹੜੇ ਦਾਣੇ ਜੇ ਦਿਸਣੇ ਚਾਹੀਦੇ ਆ ਜਮਾਂ ਖੰਡ ਖੁਰਨੀ ਨਹੀਂ ਚਾਹੀਦੀ ਆਪਣੀ ਖੰਡ ਤੁਸੀਂ ਜਿਹੜੀ ਜ਼ਿਆਦਾ ਮੋਟੀ ਨਾ ਲਿਓ ਥੋੜ੍ਹੀ ਜਿਹੀ ਬਰੀਕ ਖੰਡ ਲਿਓ ਇੱਕ ਜ਼ਿਆਦਾ ਦਾਣਾ ਹੁੰਦਾ ਮੋਟਾ ਉਹ ਥੋੜ੍ਹੀ ਜਿਹੀ ਖੁਰਦੀ ਨਹੀਂ ਹੈਗੀ ਉਸ ਤੋਂ ਜਿਹੜੀ ਵਿਚਾਲੇ ਜਿਹੀ ਖੰਡ ਹੁੰਦੀ ਤੁਸੀਂ ਉਹ ਲੈਣੀ ਆ
ਜਿਵੇਂ ਆਪਾਂ ਆਟਾ ਗੁੰਨਦੇ ਹੁੰਦੇ ਹਾਂ ਉਸ ਤਰ੍ਹਾਂ ਹੀ ਆਪਾਂ ਆਟਾ ਬਣਾ ਲੈਣਾ ਇਹਦਾ। ਲੋ ਜੀ ਆਪਾਂ ਸਾਰੀ ਖੰਡ ਪਾ ਲਈ ਅਤੇ ਸਾਰਾ ਹੀ ਆਪਣਾ ਪਾਣੀ ਜਿਹੜਾ ਲੱਗ ਗਿਆ ਇਹਦੇ 'ਤੇ। ਲੋ ਜੀ ਆਟਾ ਆਪਣਾ ਇਸ ਤਰ੍ਹਾਂ ਦਾ ਬਣ ਗਿਆ ਅਤੇ ਆਪਾਂ ਨੂੰ ਥੋੜ੍ਹੇ ਜਿਹੇ ਪਾਣੀ ਦੀ ਹੋਰ ਲੋੜ ਪਈ। ਆਪਾਂ ਪਾਣੀ ਪਾ ਸਕਦੇ ਹਾਂ, ਦੁੱਧ ਵੀ ਪਾ ਸਕਦੇ ਹਾਂ ਆਪਾਂ 2 ਚਮਚੇ। 2 ਕੁ ਚਮਚਿਆਂ ਦੀ ਪਾਣੀ ਦੀ ਜਿਹੜੀ ਆਪਾਂ ਨੂੰ ਹੋਰ ਜ਼ਰੂਰਤ ਪਈ ਆ। ਹੁਣ ਆਪਾਂ ਆਟੇ ਨੂੰ ਚੰਗੀ ਤਰ੍ਹਾਂ ਗੁੰਨ ਲਵਾਂਗੇ। ਲੈ ਜੀ ਆਪਾਂ ਆਟਾ ਤਿਆਰ ਕਰ ਲਿਆ ਅਤੇ ਆਟਾ ਜਿਹੜਾ ਆਪਣਾ ਥੋੜ੍ਹਾ ਜਿਹਾ ਰੋਟੀ ਨਾਲੋਂ ਟਾਈਟ ਆ, ਜਿਵੇਂ ਆਪਾਂ ਰੋਟੀ ਦਾ ਬਣਾਉਣੀ ਥੋੜ੍ਹਾ ਜਿਹਾ ਟਾਈਟ ਰੱਖਿਆ, ਜ਼ਿਆਦਾ ਨਹੀਂ। ਅਤੇ ਹੁਣ ਆਪਾਂ ਢੱਕ ਕੇ ਰੱਖ ਦਿੰਦੇ 2 ਮਿੰਟ ਲਈ। ਲੈ ਜੀ ਹੁਣ ਆਪਾਂ ਕੜਾਹੀ ਰੱਖ ਲਈ ਉੱਪਰ ਚੁੱਲ੍ਹੇ 'ਤੇ ਅਤੇ ਆਪਾਂ ਇਹਦੇ ਵਿੱਚ ਪਾਉਣੇ ਆ ਰਿਫਾਇੰਡ ਬਿਸਕੁਟ ਫਰਾਈ ਕਰਨ ਵਾਸਤੇ। ਲੈ ਜੀ ਆਪਾਂ ਰਿਫਾਇੰਡ ਦਿੱਤਾ ਪਾ ਗਰਮ ਹੋਣ ਵਾਸਤੇ। ਲੈ ਜੀ ਆਟਾ ਆਪਣਾ ਸੈੱਟ ਹੋ ਗਿਆ ਅਤੇ ਹੁਣ ਆਪਾਂ ਇਹਦੇ ਪੇੜੇ ਬਣਾ ਲੈਂਦੇ ਹਾਂ। ਥੋੜ੍ਹੇ ਜਿਹੇ ਆਪਾਂ ਵੱਡੇ ਪੇੜੇ ਬਣਾਵਾਂਗੇ। ਅਤੇ ਆਪਾਂ ਨੂੰ ਵੇਲ ਲੈਂਦੇ ਹਾਂ। ਆਪਾਂ ਰੋਟੀ ਤੋਂ ਥੋੜ੍ਹਾ ਜਿਹਾ ਜ਼ਿਆਦਾ ਹੀ ਵੇਲਣਾ ਮੋਟਾ, ਕਿਉਂਕਿ ਬਿਸਕੁਟ ਜਿਹੜੇ ਹੁੰਦੇ ਆ ਮੋਟੇ ਹੁੰਦੇ ਆ। ਅਤੇ ਆਪਾਂ ਸਾਈਡਾਂ ਤੋਂ ਇਹਨੂੰ ਲਾ ਦਾਂਗੇ, ਇਸ ਨੂੰ ਦੁਬਾਰੇ ਫਿਰ ਗੁੰਨ ਲਵਾਂਗੇ ਆਟੇ ਦੇ ਵਿੱਚ। ਇਸ ਤਰ੍ਹਾਂ ਆਪਾਂ ਚੌਰਸ ਕੱਟ ਲਏ ਇਹਨੂੰ। ਆਪਾਂ ਗੋਲ ਬਿਸਕੁਟ ਵੀ ਬਣਾ ਸਕਦੇ ਹਾਂ ਅਤੇ ਚੌਰਸ ਵੀ ਬਣਾ ਸਕਦੇ ਹਾਂ। ਲਈ ਆਪਾਂ ਇਸ ਤਰ੍ਹਾਂ ਇਹਨੂੰ ਸੈੱਟ ਕਰ ਲਿਆ ਸਾਈਡਾਂ ਤੋਂ ਕਰਦ ਦੇ ਨਾਲ, ਅਤੇ ਹੁਣ ਆਪਾਂ ਇਹਨੂੰ ਕੱਟਦੇ ਹਾਂ। ਆਪਾਂ 4 ਬਿਸਕੁਟ ਬਣਾ ਲਏ ਇਹਦੇ। ਵੱਡਾ ਛੋਟਾ ਸਾਈਜ਼ ਤੁਸੀਂ ਆਪਣੀ ਮਰਜ਼ੀ ਦੇ ਹਿਸਾਬ ਨਾਲ ਬਣਾ ਸਕਦੇ ਹੋ। ਆਪਾਂ ਸਾਈਡਾਂ ਤੋਂ ਇਸ ਤਰ੍ਹਾਂ ਕਰ ਦਾਂਗੇ, ਜਿਹੜੇ ਚੰਗੀ ਤਰ੍ਹਾਂ ਸੈੱਟ ਹੋ ਜਾਣ ਇਹ। ਲਈ ਆਪਾਂ 4 ਬਿਸਕੁਟ ਜਿਹੜੇ ਸੈੱਟ ਕਰ ਲਏ ਆ ਅਤੇ ਹੁਣ ਆਪਾਂ ਇਹਦੇ ਡਿਜ਼ਾਇਨ ਪਾਵਾਂਗੇ ਕਰਦ ਦੇ ਨਾਲ, ਪੁੱਠੇ ਪਾਸੇ ਦੇ ਨਾਲ ਆਪਾਂ ਇਹਦੇ ਵਿੱਚ ਡਿਜ਼ਾਇਨ ਪਾਵਾਂਗੇ। ਇਸ ਤਰ੍ਹਾਂ ਕਰਦ ਦੇ ਨਾਲ ਆਪਾਂ ਡਿਜ਼ਾਇਨ ਪਾਵਾਂਗੇ। ਉਸ ਤੋਂ ਬਾਅਦ ਫਿਰ ਇਹਨੂੰ ਆਪਾਂ ਚੰਗੀ ਤਰ੍ਹਾਂ ਸੈੱਟ ਕਰ ਲੈਣਾ। ਕੋਈ ਵੀ ਸ਼ੇਪ ਤੁਸੀਂ ਦੇ ਸਕਦੇ ਹੋ ਬਿਸਕੁਟ ਨੂੰ, ਗੋਲ ਵੀ ਬਣਾ ਸਕਦੇ ਹਾਂ ਚੌਰਸ ਵੀ ਬਣਾ ਸਕਦੇ ਹਾਂ। ਬਈ ਆਪਾਂ ਇਸ ਤਰ੍ਹਾਂ ਸੈੱਟ ਕਰ ਕਰਕੇ ਬਿਸਕੁਟ ਆਪਾਂ ਇੰਨੇ ਕੁ ਮੋਟੇ ਆ ਜਿਹੜੇ ਬਣਾ ਲਏ ਆ, ਆਹ ਦੇਖੋ। ਅਤੇ ਹੁਣ ਆਪਾਂ ਇਹਨਾਂ ਨੂੰ ਫਰਾਈ ਕਰਦੇ ਹਾਂ। ਤੇਲ ਆ ਜਿਹੜਾ ਆਪਣਾ ਗਰਮ ਹੋ ਗਿਆ, ਰਿਫਾਇੰਡ ਪਾਇਆ ਸੀ ਜਿਹੜਾ, ਜ਼ਿਆਦਾ ਗਰਮ ਨਹੀਂ ਕਰਨਾ ਹੈਗਾ, ਆਪਾਂ ਘੱਟ ਗਰਮ ਰੱਖਣਾ। ਆਪਾਂ ਥੋੜ੍ਹਾ ਜਿਹਾ ਪਾ ਕੇ ਦੇਖ ਲੈਂਦੇ ਇਹਦੇ ਵਿੱਚ ਜੀ। ਇੱਕ ਵਾਰੀ ਗਰਮ ਹੋ ਗਿਆ ਪੂਰਾ ਜ਼ਿਆਦਾ ਤਾਂ ਆਪਾਂ ਬਿਸਕੁਟ ਪਾਵਾਂਗੇ, ਬਿਸਕੁਟ ਆਪਣੇ ਸੜ ਜਾਣਗੇ, ਇਸ ਕਰਕੇ ਆਪਾਂ ਥੋੜ੍ਹਾ ਜਿਹਾ ਘੱਟ ਗਰਮ ਰੱਖਣਾ।
ज़्यादा गर्म नहीं रखना। तो हम आप जो बिस्कुट बनाए से देखो आप इन्हों हौली हौली पा दें। जिन्ने वे एक बारी पैणगे पांच सत्त दस जिन्ने की कड़ाही होगी अपनी उस हिसाब ना पा सकते हैं, ज्यादा ना पायो हेठ उत्ते ना पायो, बस एक बार जिन्ने आ जाए उन्नी पाने ये तेल है जो भी कड़ाही ज्यादा ना हो। कड़ाही इस तरह की प्लेन थले वाली होनी चाहिए है, जी प्लेन हो ज्यादा तेल की लोड़ नहीं पैंदी। एक चमचा ले लेना चमचे के नाल जो दूजा पासा करना, दो मिनट तो आप इस तरह ही पकाना इनू, आप छेड़ना नहीं, दो मिनट घट सेकते तो दो मिनट तो बाद आप जो पासा यदा चेंज करांगे। लो जी दो मिनट हो गए इन्हों सीकी जांदियां नूं, ते हुण आपां दूजा पासा कर दिंदे चमचे दे नाल, आपां हल्के जिहे हत्थां नाल इहनां नूं पासा जिहड़ा इहनां दा बदल दिंदे आ। लो जी बिस्कुट जिहड़े अपने सेक लए आपां चंगी तरहां दोनां पासा तों हिला हिला के, ते आपां कड़ाही चों हुण इहनां नूं बाहर कढ दिंदे आ। बिस्कुट आप कढ लए कढ़ाई तो दोबारे आप इस तरह ही फिर पा दें। इस तरह आप सारे फ्राई बिस्कुट कर लें। लो जी बिस्कुट जिहड़े अपने ये पाए से आपां दुबारे ये भी अपने सेक ले चंगी तरह, बिस्कुट अपने बन गए। तो जो पहले वाले से थोड़े जिम्मे इतों ज्यादा रड़ गए थे, ये थोड़े जे डार्क ब्राउन हो गए, देखो पहले वाले से जोड़े तो हूँ वाले थोड़े जे मैं लाइट रख लिया तो वधिया। तो आप सारे इस तरह ही बना लें। लो जी अपने बिस्कुट सारे बन के तैयार हो गए। सारे बिस्कुट बन के तैयार हो गए, देखो सारे किन्ने वधिया बिस्कुट बने आ। जिहड़ी आपां खंड अद्धी खोरी सीगी ते अद्धी आपां दाणे रख ले सी, वो भी देखो उपर वधिया दाणे दिसदे इहदे खंड दे बिस्कुटां दे उत्ते, ते वधिया बिस्कुट बन के तैयार होए आ। तुहानूं तोड़ के भी दिखा दिंदे, देखो देखो किन्ने वधिया बिस्कुट बन के तैयार होए अपने। बहुत ही सौखा तरीका बिस्कुट बनाउण दा। नहीं साडी वीडियो वधिया लगी ते साडा चैनल सबसक्राइब करो, लाइक शेयर जरूर कर दिया करो, कमेंट भी करया करो, तो तुसी भी घर में जरूर ट्राई करो, घर में बना के देखियो बिस्कुट बहुत ही वधिया बनते, तो बहुत ही सौखा तरीका इन्हां नूं बनाउण दा। वीडियो देखने लई तुहाडा सारिआं दा बहुत बहुत धन्नवाद जी।